ਡੀਅਰ ਸਟੂਡੈਂਟਸ ਵੈਲਕਮ ਜਿਹੜਾ ਤੁਹਾਡਾ 10ਵਾਂ ਪੇਪਰ ਹੈ ਕਰਿਕੂਲਮ ਡਿਵੈਲਪਮੈਂਟ ਇਹਦੇ ਜਿਹੜਾ ਸੈਕਸ਼ਨ A ਤੇ ਸੈਕਸ਼ਨ B ਕੁਝ ਇਹਦੇ ਚ ਸਿਲੇਬਸ ਚੇਂਜ ਵੀ ਹੋਇਆ ਤੇ ਮੈਨੂੰ ਉਮੀਦ ਹੈ ਕਿ ਤੁਸੀਂ ਜਿਹੜੀ ਆਪਣੀ ਪ੍ਰੈਪਰੇਸ਼ਨ ਆ ਉਹ ਸਿਲੇਬਸ ਚੇਂਜ ਦੇ ਅਕੋਰਡਿੰਗ ਹੀ ਕਰ ਰਹੇ ਹੋਵੋਗੇ ਪਹਿਲਾ ਇਹਦੇ ਵਿੱਚ ਹੈ ਕਰਿਕੂਲਮ ਕਰਿਕੂਲਮ ਦੇ ਨਾਲ ਹੈਗਾ ਕਰਿਕੂਲਮ ਐਂਡ ਸਿਲੇਬਸ ਤੁਹਾਨੂੰ ਇਹਨਾਂ ਦੋਵਾਂ ਚੀਜ਼ਾਂ ਦਾ ਮੀਨਿੰਗ ਕਲੀਅਰ ਹੋਣਾ ਚਾਹੀਦਾ ਹੈ ਜੀ ਭਾਵੇਂ ਕਨਸੈਪਟ ਕਹਿ ਲੋ ਸ਼ਾਰਟ ਨੋਟ ਦੇ ਲਈ ਪੌਸਿਬਿਲਿਟੀ ਹੈਗੀ ਹੈ ਤੇ ਲੌਂਗ ਕੁਐਸਚਨ ਜੇ ਆਉਂਦਾ ਤਾਂ ਵੀ ਤੁਸੀਂ ਇਹਨਾਂ ਦੋਵਾਂ ਦਾ ਜਿਹੜਾ मीनिंग ਹੈ ਉਹ ਲਿਖੋਗੇ ਹੀ ਲਿਖੋਗੇ ਕਿ ਕੀ ਹੁੰਦੇ ਆ ਫਿਰ ਨੀਡ ਤੇ ਇੰਪੋਰਟੈਂਸ ਟਾਈਪਸ ਆਫ ਕਰਿਕੂਲਮ ਇਹ ਵੀ ਇੰਪੋਰਟੈਂਟ ਨੇ ਭਾਵੇਂ ਸ਼ਾਰਟ ਦੇ ਵਿੱਚ ਆਉਣ ਤੁਹਾਨੂੰ ਭਾਵੇਂ ਲੌਂਗ ਦੇ ਵਿੱਚ ਆਉਣ ਫਾਊਂਡੇਸ਼ਨ ਆਫ ਕਰਿਕੂਲਮ ਹੁਣ ਕੀ ਹੈ ਜੀ ਡੀਸੈਂਟਰਲਾਈਜੇਸ਼ਨ ਆਫ ਕਰਿਕੂਲਮ ਡਿਵੈਲਪਮੈਂਟ ਐਂਡ ਨੋਸ਼ਨਲ ਪ੍ਰੈਕਟਿਸਿਜ਼ ਇਨਾਂ ਦੇ ਉੱਪਰ ਵੀ ਜਿਹੜਾ ਇੱਕ ਲੌਂਗ ਕੁਐਸਚਨ ਆ ਉਹ ਬਣਦਾ ਹੈ ਹੁਣ ਜਿਹੜੇ ਟਾਈਪਸ ਆਫ ਕਰਿਕੂਲਮ ਨੇ ਇਹਦੇ ਵਿੱਚ ਦੋ ਨੇ ਦੋਵੇਂ ਤੁਹਾਨੂੰ ਮਿਲਾ ਕੇ ਵੀ ਲਿਖਣੀ ਆ ਸਕਦੀਆਂ ਨੇ ਕੋਈ ਸਿੰਗਲ ਵੀ ਪੁੱਛੀ ਜਾ ਸਕਦੀ ਹੈ ਜਿਵੇਂ ਪਹਿਲੀ ਹੈ ਕੋਰ ਕਰਿਕੂਲਮ ਤੇ ਦੂਸਰੀ ਹੈ ਹਿਡਨ ਕਰਿਕੂਲਮ ਇਹ ਦੋਵੇਂ ਹੀ ਇੰਪੋਰਟੈਂਟ ਨੇ ਨੈਕਸਟ ਹੈ ਪ੍ਰੋਸੈਸ ਆਫ ਕਰਿਕੂਲਮ ਚੇਂਜ ਐਂਡ ਡਵੈਲਪਮੈਂਟ ਇਹ ਤੇ ਇੱਕੋ ਹੀ ਜਿਹੜਾ ਲੌਂਗ ਕੁਐਸਚਨ ਆ ਵਧੀਆ ਬਣ ਰਿਹਾ ਹੈ ਤੇ ਸ਼ਾਰਟ ਨੋਟ ਦੇ ਲਈ ਤੁਸੀਂ ਬੱਚੇ ਸਾਰੇ ਨੂੰ ਹੀ ਕਰਨਾ ਹੈ ਕੋਈ ਇਹਦੇ ਵਿੱਚ ਐਦਾਂ ਦਾ ਟੌਪਿਕ ਨਹੀਂ ਕਿ ਤੁਸੀਂ ਉਹਨੂੰ ਛੱਡ ਸਕੋ ਨੈਕਸਟ ਹੈ ਸਟੇਕ ਹੋਲਡਰਸ ਇਨ ਕਰਿਕੂਲਮ ਇਹ ਵੀ ਕਾਫੀ ਇੰਪੋਰਟੈਂਟ ਟੌਪਿਕ ਹੈ ਜਿਹਦੇ ਵਿੱਚ ਤੁਸੀਂ ਲਰਨਰ ਦੀਆਂ ਕੈਰੈਕਟਿਸਟਿਕਸ ਨੇ ਹੁਣ ਜਿਵੇਂ ਕਿ ਇਹ ਅਲੱਗ ਤੋਂ ਦਿੱਤਾ ਹੋਇਆ ਹੈ ਬਟ ਇਹ ਬੁੱਕ ਦੇ ਵਿੱਚ ਸਾਰੇ ਥਾਵਾਂ ਦੀ ਬਹੁਤ ਸ਼ਾਰਟ ਹੀ ਮਿਲੇ ਮੈਨੂੰ ਵੀ ਤੇ ਇਹ ਚ ਹੈਗਾ ਵੀ ਟੀਚਰਸ ਐਕਸਪੀਰੀਐਂਸ ਤੇ ਜਿਹੜੇ ਟੀਚਰ ਨੇ ਉਹਨਾਂ ਦਾ ਕੀ ਰੋਲ ਹੈ ਤੇ ਜਿਹੜੇ ਪੇਰੈਂਟਲ ਐਕਸਪੈਕਟੇਸ਼ਨਸ ਨੇ ਉਹਨਾਂ ਦਾ ਕੀ ਉਹਨਾਂ ਦੀਆਂ ਇਛਾਵਾਂ ਨੇ ਕੀ ਉਹਨਾਂ ਦਾ ਰੋਲ ਹੈ ਮੀਨਜ਼ ਲਰਨਰ ਦਾ ਰੋਲ ਵੀ ਆਏਗਾ ਇਹਦੇ ਵਿੱਚ ਜੋ ਕੈਰੈਕਟਿਸਟਿਕਸ ਨੇ ਬਟ ਤੁਸੀਂ ਜੇਕਰ ਤੁਹਾਨੂੰ ਐਜ਼ ਅ ਕੈਰੈਕਟਿਸਟਿਕਸ ਆਉਂਦਾ ਹੈ ਤਾਂ ਕੈਰੈਕਟਿਸਟਿਕਸ ਦੇ ਉੱਪਰ ਤੁਸੀਂ ਨੇ ਜ਼ਿਆਦਾ ਫੋਕਸ ਕਰਕੇ ਜਿਹੜਾ ਆਪਣਾ ਆਨਸਰ ਰਹੋ ਕੰਪਲੀਟ ਕਰਨਾ ਹੈ ਫਿਰ ਇਸ ਤਰੀਕੇ ਨਾਲ ਹੀ ਟੀਚਰ ਨਾਲ ਲਿਟਰ ਹੈ ਫਿਰ ਪੇਰੈਂਟਸ ਦੇ ਨਾਲ ਰਿਲੇਟਡ ਹੈ ਇਹਨਾਂ ਦੋਨੋਂ ਮਿਲਾ ਕੇ ਵੀ ਆ ਸਕਦਾ ਹੈ ਕਿਸੇ ਇੱਕ ਨੂੰ ਮਿਲਾ ਕੇ ਵੀ ਲੌਂਗ ਬਣ ਸਕਦਾ ਹੈ ਤੇ ਸ਼ਾਰਟ ਨੋਟ ਵੀ ਇੱਕ ਬਣ ਸਕਦਾ ਹੈ ਨੈਕਸਟ ਹੈ ਸੈਕਸ਼ਨ B ਅਪਰੋਚਸ ਟੂ ਕਰਿਕੂਲਮ ਡਵੈਲਪਮੈਂਟ ਹੁਣ ਇਹਦੇ ਵਿੱਚ ਸਬਜੈਕਟ ਸੈਂਟਰਡ ਲਰਨਰ ਸੈਂਟਰਡ ਜਿਹੜੀਆਂ ਦੋ ਅਪਰੋਚਸ ਨੇ ਉਹ ਇਹਦੇ ਵਿੱਚ ਦਿੱਤੀਆਂ ਹੋਈਆਂ ਨੇ ਸਬਜੈਕਟ ਸੈਂਟਰਡ ਤੇ ਲਰਨਰ ਸੈਂਟਰਡ ਇਹ ਆਪਣੇ ਆਪ ਦੇ ਵਿੱਚ ਇੱਕ ਇੱਕ ਲੌਂਗ ਕੁਐਸਚਨ ਬਣ ਰਿਹਾ ਹੈ ਇਹਨਾਂ ਦਾ ਤੁਹਾਨੂੰ ਦੋਵੇਂ ਮਿਲਾ ਕੇ ਵੀ ਆ ਸਕਦੇ ਅਪਰੋਚਸ ਟੂ ਕਰਿਕੂਲਮ ਡਵੈਲਪਮੈਂਟ ਜੇਕਰ ਤੁਹਾਨੂੰ ਇਕੱਠਾ ਹੀ ਆਉਂਦਾ ਤਾਂ ਤੁਸੀਂ ਦੋਵਾਂ ਨੂੰ ਡਿਵਾਈਡ ਕਰਕੇ ਲਿਖ ਦੇਣਾ ਹੈ ਕਿ ਕਿੰਨੇ-ਕਿੰਨੇ ਪੇਜ ਤੁਸੀਂ ਯੂਜ਼ ਕਰ ਰਹੇ ਹੋ ਉਹਦੇ ਅਕੋਰਡਿੰਗ ਕੰਟੈਂਟ ਆਰਗੇਨਾਈਜੇਸ਼ਨ ਇਹਦੇ ਕੋਈ ਜਿਹੜਾ ਬਹੁਤਾ ਵੱਡਾ ਲੌਂਗ ਕੁਐਸਚਨ ਆ ਪ੍ਰੋਪਰ ਨਹੀਂ ਹੋ ਰਿਹਾ ਕਿਉਂਕਿ ਇਹਦੇ ਵਿੱਚ ਕੋਈ ਮੈਰਿਟਸ ਆ ਗੀਆਂ ਡੀ ਮੈਰਿਟਸ ਆ ਗੀਆਂ ਕਿਵੇਂ ਕਲੈਕਟ ਕਰਨਾ ਹੈ ਤਾਂ ਉਹਨੂੰ ਸਾਰੀ ਚੀਜ਼ਾਂ ਨੂੰ ਮਿਲਾ ਕੇ ਇੱਕ ਜ਼ਰੂਰ ਬਣ ਸਕਦਾ ਬਟ ਪ੍ਰੋਪਰ ਜਿਹੜੀ ਸੀ ਉਂਝ ਫਾਰਮੇਸ਼ਨ ਦੀ ਗੱਲ ਕਰਦੇ ਆ ਉਹਦੇ ਅਕੋਰਡਿੰਗ ਇਹ ਨਹੀਂ ਹੈ ਅੱਗੇ ਹੈ ਸਪਾਇਰਲ ਕਰਿਕੂਲਮ ਜਿਹੜਾ ਸਪਾਇਰਲ ਕਰਿਕੂਲਮ ਹੈ ਇਹਦੇ ਵੀ ਲੌਂਗ ਕੁਐਸਚਨ ਬਣਦਾ ਹੈ ਤੇ ਬਹੁਤ ਇੰਪੋਰਟੈਂਟ ਵੀ ਹੈ ਨੈਕਸਟ ਹੈ ਯੂਨਿਟਾਈਜੇਸ਼ਨ ਆਫ ਸਿਲੇਬਸ ਇਹਦੇ ਤੇ ਵੀ ਜਿਹੜਾ ਲੌਂਗ ਕੁਐਸਚਨ ਹੈ ਇਹਦੇ ਸ਼ਾਰਟ ਵੀ ਵਿੱਚੋਂ ਪੁੱਛੇ ਜਾ ਸਕਦੇ ਨੇ ਮੀਨ ਜਿਹੜੇ ਤੁਸੀਂ ਲੌਂਗ ਕੁਐਸਚਨ ਕੋਈ ਵੀ ਤਿਆਰ ਕਰ ਰਹੇ ਹੋ ਤਾਂ ਉਹਦੇ ਵਿੱਚ ਇਹ ਧਿਆਨ ਰੱਖੋ ਕਿ ਜਿਹੜੇ ਸ਼ਾਰਟ ਨੇ ਉੱਥੋਂ ਹੀ ਬਣਨੇ ਆ ਨੈਕਸਟ ਹੈ ਇੰਟੀਗ੍ਰੇਸ਼ਨ ਆਫ ਸਕੂਲ ਕਰਿਕੂਲਮ ਵਿਦ ਫਿਊਚਰਿਸਟਿਕ ਨੀਡਸ ਹੁਣ ਜਿਹੜੀਆਂ ਕਰੀਕੁਲਮ ਹੈ ਜਿਹੜਾ ਸਕੂਲ ਦਾ ਉਹਨੂੰ ਇੰਟੈਗਰੇਸ਼ਨ ਕਰਨਾ ਹੈ ਕਿਹਦੇ ਲਈ ਫਿਊਚਰਿਸਟਿਕ ਨੀਡ ਦੇ ਲਈ ਕਿਉਂ ਇਹਦੀ ਜ਼ਰੂਰਤ ਹੈ ਇਹ ਸਾਰਾ ਕੁਝ ਇਹਦੇ ਵਿੱਚ ਐਡ ਹੈ ਫਿਰ ਵੋਕੇਸ਼ਨਲ ਬਾਇਆਸ ਇਹ ਅਲੱਗ ਤੋਂ ਇੱਕ ਕੁਐਸਚਨ ਬਣ ਰਿਹਾ ਹੈ ਕਾਫੀ ਦਿਨ ਪਹਿਲਾਂ ਇਹ ਲੌਂਗ ਕੁਐਸਚਨ ਇਹਦੇ ਚ ਆਇਆ ਹੈ ਬਟ ਜਿੰਨੀਆਂ ਵੀ ਮੈਂ ਬੁੱਕਸ ਦੇਖੀਆਂ ਤਾਂ ਪ੍ਰੋਪਰ ਉਹਦੇ ਵਿੱਚ ਕੋਈ ਜਿਹੜਾ ਸਹੀ ਲੌਂਗ ਕੁਐਸਚਨ ਆ ਉਹ ਨਹੀਂ ਬਣ ਰਿਹਾ ਮੀਨਜ਼ ਤੁਸੀਂ ਨੇ ਜੇ ਤੁਸੀਂ ਮੇਰੀ ਵੀਡੀਓ ਦੇਖ ਕੇ ਕਰ ਰਹੇ ਹੋ ਤਾਂ ਬੱਚੇ ਤੁਸੀਂ ਉਹਦੇ ਵਿੱਚ ਜੋ ਮੈਂ ਬੋਲੇ ਉਹਦੇ ਅਕੋਰਡਿੰਗ ਹੋਰ ਐਕਸਪਲੇਨ ਕਰ ਸਕਦੇ ਹਾਂ ਤੇ ਸਕਿੱਲ ਡਿਵੈਲਪਮੈਂਟ ਕਰਿਕੂਲਮ ਇਹ ਵੀ ਬਹੁਤ ਛੋਟਾ ਹੈ ਇਹ ਵੀ ਕੋਈ ਬਹੁਤਾ ਲੰਬਾ ਨਹੀਂ ਹੈ ਨੈਕਸਟ ਹੈ ਕਰਿਕੂਲਮ ਫਾਰ ਚਿਲड्रन ਵਿਦ ਸਪੈਸ਼ਲ ਨੀਡਸ ਹੁਣ ਜਿਹੜਾ ਕਰਿਕੂਲਮ ਸਪੈਸ਼ਲ ਨੀਡਸ ਵਾਲੇ ਬੱਚਿਆਂ ਦੇ ਲਈ ਹੈ ਉਹਦੇ ਕਿਹੜੇ-ਕਿਹੜੇ ਪਰਪਸ ਨੇ ਤੇ ਇੰਪੋਰਟੈਂਸ ਹੈ ਪਹਿਲਾਂ ਤਾਂ ਇਹ ਅਲੱਗ-ਅਲੱਗ ਕੁਐਸਚਨ ਬਣ ਰਹੇ ਨੇ ਮੀਨਸ ਪਰਪਸ ਕੀ ਨੇ ਤੇ ਇੰਪੋਰਟੈਂਸ ਕੀ ਹੈ ਇਨ੍ਹਾਂ ਤੋਂ ਸ਼ਾਰਟ ਨੋਟ ਵੀ ਆ ਸਕਦਾ ਹੈ ਫਿਰ ਲੌਂਗ ਕੁਐਸਚਨ ਕਿਵੇਂ ਬਣੇਗਾ ਕਰੀਕੁਲਮ ਆਫ ਜਿਹੜੇ ਗਿਫਟਡ ਸਟੂਡੈਂਟਸ ਨੇ ਉਹਨਾਂ ਦੀ ਜ਼ਰੂਰਤਾਂ ਵਾਲਾ ਕਰੀਕੁਲਮ ਲੌਂਗ ਕੁਐਸਚਨ ਬਣਦਾ ਫਿਰ ਜਿਹੜੇ ਵਿਜੂਅਲੀ ਚੈਲੰਜਸ ਨੇ ਉਹਨਾਂ ਦੇ ਲਈ ਫਿਰ ਐਸੇ ਤਰੀਕੇ ਨਾਲ ਹੀ ਸਲੋ ਲਰਨਰਸ ਦੇ ਲਈ ਹੁਣ ਜਿਹੜਾ ਸ਼ਾਰਟ ਨੋਟ ਹੈ ਉਹ ਇਹ ਵੀ ਆ ਸਕਦਾ ਹੈ ਕਿ ਕਰੀਕੁਲਮ ਨੀਡਸ ਆਫ ਗਿਫਟਡ ਸਟੂਡੈਂਟਸ ਤਾਂ ਤੁਸੀਂ ਇਹਨੂੰ ਐਜ਼ ਅ ਸ਼ਾਰਟ ਨੋਟ ਕਰ ਦੋਗੇ ਜੋ ਤੁਸੀਂ ਲੌਂਗ ਲਰਨ ਕੀਤਾ ਹੈ ਉਹਨੂੰ ਤੁਸੀਂ ਸ਼ਾਰਟ ਦੇ ਵਿੱਚ ਲੈ ਆਉਂਗੇ ਜਿਉਂਦੇ ਵਿਜੂਅਲੀ ਚੈਲੰਜ ਤੁਹਾਨੂੰ ਮੀਨਿੰਗ ਵੀ ਪੁੱਛਿਆ ਜਾ ਸਕਦਾ ਹੈ ਕੀ ਵਿਜੂਅਲੀ ਚੈਲੈਂਜਡ ਕਿਹੜੇ ਬੱਚੇ ਹੁੰਦੇ ਨੇ ਸਲੋਨ ਲਰਨਰਸ ਕਿਹੜੇ ਹੁੰਦੇ ਨੇ ਤਾਂ ਤੁਹਾਨੂੰ ਉਹਦੇ ਅਕੋਰਡਿੰਗ ਇਹਨਾਂ ਦੇ ਜਿਹੜੇ ਕੈਰੈਕਟਿਸਟਿਕਸ ਨੇ ਉਹ ਵੀ ਪਤਾ ਹੋਣੀ ਚਾਹੀਦੀਆਂ ਨੇ ਤੇ ਬਾਕੀ ਮੈਂ ਤੁਹਾਡੇ ਤੋਂ ਇਹੀ ਉਮੀਦ ਰੱਖਦੀ ਆ ਕਿ ਤੁਸੀਂ ਵਧੀਆ ਤਿਆਰੀ ਕਰ ਰਹੇ ਹੋਵੋਗੇ ਮੈਂ ਹਾਲੇ ਵੀ ਤੁਹਾਡੇ ਲਈ ਵੀਡੀਓਜ਼ ਬਣਾ ਕੇ ਅਪਲੋਡ ਕਰ ਰਹੀ ਆ ਮੈਨੂੰ ਇਹ ਚਲੋ ਜਿੰਨੀ ਮੈਂ ਤੁਹਾਡੀ ਹੈਲਪ ਕਰ ਸਕਾਂ ਠੀਕ ਹੈ ਚਲੋ ਤੁਸੀਂ ਫਿਰ ਵੀ ਮੇਰੇ ਤੋਂ ਉਮੀਦ ਰੱਖ ਰਹੇ ਹੋ ਤੇ ਮੈਂ ਵੀ ਤੁਹਾਡੀ ਉਮੀਦਾਂ ਤੇ ਖਰਾ ਉਤਰਨਾ ਚਾਹੁੰਦੀ ਆ ਤੁਸੀਂ ਫਿਰ ਵੀ ਬੱਚੇ ਜਿਹੜਾ ਸੈਕਸ਼ਨ A ਤੇ B ਹੈ ਇਹਦੇ ਵਿੱਚੋਂ ਕੁਝ ਵੀ ਨਾ ਛੱਡਣਾ ਕਿਉਂਕਿ ਕਈ ਵਾਰ ਅਸੀਂ ਸੋਚਦੇ ਹੁੰਦੇ ਹਾਂ ਕਿ ਚੈਪਟਰ ਦੇ ਵਿੱਚ ਤਾਂ ਇੰਨਾ ਹੀ ਕੁਝ ਸੀ ਇਹ ਐਕਸਟਰਾ ਵਿੱਚ ਦਿੱਤਾ ਹੋਇਆ ਹੈ ਕਿਉਂਕਿ ਪੇਪਰ ਸੈੱਟ ਕਰਨ ਵਾਲੇ ਤੇ ਡਿਪੈਂਡ ਕਰਦਾ ਕਿ ਉਹਨਾਂ ਸ਼ਾਰਟ ਨੋਟ ਕਿੱਥੋਂ ਲੈ ਲੈਣਾ ਹੈ ਕਈ ਵਾਰ ਉਹਨਾਂ ਨੂੰ ਇੱਕ ਪੁਆਇੰਟ ਹੀ ਚੱਕ ਲੈਣਾ ਹੁੰਦਾ ਉੱਥੇ ਹੀ ਸ਼ਾਰਟ ਨੋਟ ਬਣ ਜਾਂਦਾ ਠੀਕ ਹੈ ਜੀ ਇਸ ਕਰਕੇ ਤੁਸੀਂ ਜਿਹੜੀ ਆਪਣੀ ਪ੍ਰੈਪਰੇਸ਼ਨ ਆਹੋ ਵਧੀਆ ਢੰਗ ਨਾਲ ਕਰਨੀ ਹੈ ਮੇਰੇ ਵੱਲੋਂ ਆਲ ਦਾ ਬੈਸਟ ਕਿਸੇ ਵੀ ਤਰ੍ਹਾਂ ਦੀ ਹੈਲਪ ਦੀ ਜ਼ਰੂਰਤ ਹੈ ਨੈਕਸਟ ਪੇਪਰਸ ਲਈ ਵੀ ਆਮ ਆਲਵੇਜ਼ ਰੈਡੀ ਫਾਰ ਯੂ ਥ